ਸਤਿ ਸ਼੍ਰੀ ਅਕਾਲ ਜੀ। ਸਿਟੀ ਲਾਈਵ ਚੈਨਲ ਵੱਲੋਂ ਇੱਕ ਵਾਰੀ ਫੇਰ ਕੋਵਿਡ-19 ਦੇ ਤਹਿਤ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਸੁਵਿਧਾ, ਜਿਸ ਦੇ ਵਿੱਚ ਮੁਫਤ ਟੀਕਾਕਰਨ ਦੇ ਕੈਂਪ ਲਗਾਏ ਜਾ ਰਹੇ ਨੇ, ਉਸ ਸੰਬੰਧ ਦੇ ਵਿੱਚ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ ਹਲਕਾ ਜਗਰਾਓਂ ਦੇ ਪਿੰਡ ਬਰਸਾਲ ਦੇ। ਜੇਕਰ ਗੱਲ ਕਰੀਏ ਸਰਪੰਚੀ ਦੀ ਤਾਂ ਬਤੌਰ ਸਰਪੰਚੀ ਆਪਣੇ ਪਿੰਡ ਦੀ ਸੇਵਾ ਨਿਭਾ ਰਹੇ ਨੇ, ਪਰ ਇਸ ਦੇ ਨਾਲ ਹੀ ਮਾਰਕੀਟ ਕਮੇਟੀ ਜਗਰਾਓਂ ਦੇ ਵਾਈਸ ਚੇਅਰਮੈਨ ਵਜੋਂ ਵੀ ਆਪਣੀ ਸੇਵਾ ਜਗਰਾਓਂ ਦੇ ਵਿੱਚ ਦੇ ਰਹੇ ਨੇ। ਜੀ ਹਾਂ, ਮੈਂ ਗੱਲਬਾਤ ਕਰ ਰਹੀ ਹਾਂ ਤੁਹਾਡੇ ਨਾਲ ਪਿੰਡ ਬਰਸਾਲ ਦੇ ਮੌਜੂਦਾ ਸਰਪੰਚ ਕੈਪਟਨ ਸਿਕੰਦਰ ਸਿੰਘ ਜੀ ਦੀ। ਆਓ ਆਪਾਂ ਗੱਲਬਾਤ ਕਰੀਏ ਕੋਵਿਡ-19 ਦੇ ਤਹਿਤ ਸਰਕਾਰ ਵੱਲੋਂ ਦਿੱਤੀ ਜਾ ਰਹੀ ਫ੍ਰੀ ਟੀਕਾਕਰਨ ਦੀ ਸੁਵਿਧਾ ਦੇ ਸੰਬੰਧ ਵਿੱਚ। ਸਭ ਤੋਂ ਪਹਿਲਾਂ ਤਾਂ ਸਿਟੀ ਲਾਈਵ ਟੀਮ ਵੱਲੋਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ। ਚੇਅਰਮੈਨ ਸਾਹਿਬ, ਇੱਥੇ ਇੱਕ ਜਾਣਕਾਰੀ ਪਾਓ, ਆਪਾਂ ਪਹਿਲਾਂ ਗੱਲ ਕਰਦੇ ਹਾਂ ਕੋਵਿਡ-19 ਦੀ, ਉਸ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਤੁਹਾਡੇ ਪਿੰਡ ਦੀ। ਅਤੇ ਜਦੋਂ ਸਾਡੀ ਸਿਟੀ ਲਾਈਵ ਦੀ ਟੀਮ ਤੁਹਾਡੇ ਪਿੰਡ ਦੇ ਵਿੱਚ ਪਹੁੰਚੀ, ਤਾਂ ਅਸੀਂ ਲੋਕਾਂ ਦੇ ਨਾਲ ਜਦੋਂ ਤੁਹਾਡੇ ਬਾਰੇ ਗੱਲਬਾਤ ਕਰਨੀ ਚਾਹੀ, ਬਤੌਰ ਚੇਅਰਮੈਨ ਲੋਕਾਂ ਨੂੰ ਪਤਾ ਕਿ ਵੀ ਸਾਡੇ ਜਿਹੜੇ ਸਰਪੰਚ ਸਾਹਿਬ ਨੇ ਵਾਈਸ ਚੇਅਰਮੈਨ ਨੇ, ਔਰ ਜਦੋਂ ਗਨਾਮ ਦੀ ਗੱਲ ਆਈ ਕਿ ਤੁਹਾਡੇ ਸਰਪੰਚ ਸਾਹਿਬ ਦਾ ਨਾਮ, ਤਾਂ ਉਹ ਕਹਿੰਦੇ ਅਸੀਂ ਤਾਂ ਉਹਨਾਂ ਨੂੰ ਪਿਆਰ ਨਾਲ ਕੈਪਟਨ ਹੀ ਕਹਿੰਦੇ ਹਾਂ। ਈਵਨ ਤੁਹਾਡੀ ਉਮਰ ਦੇ ਨੇ ਤਾਂ ਕੈਪਟਨ ਕਹਿਣਾ ਆ, ਲੇਕਿਨ ਜਿਹੜੇ ਬੱਚੇ ਨੇ ਉਹ ਵੀ ਕਹਿੰਦੇ ਅਸੀਂ ਤਾਂ ਅੰਕਲ ਜੀ ਨੂੰ ਕੈਪਟਨ ਹੀ ਕਹਿੰਦੇ ਹਾਂ। ਇਹ ਇੰਨਾ ਪਿਆਰ ਪਰਮਾਤਮਾ ਨੇ ਤੁਹਾਨੂੰ ਫੌਜ ਦੀ ਨੌਕਰੀ ਕਰਕੇ ਦਿੱਤਾ ਜਾਂ ਸਰਪੰਚੀ ਦੀ ਸੇਵਾ ਕਰਕੇ? ਇਹ ਦੇਖੋ ਜੀ, ਕੁਛ ਤਾਂ ਦੇਸ਼ ਦੀ ਸੇਵਾ ਕੀਤੀ ਹੈ ਜੀ, ਬਾਅਦ ਦੇ ਵਿੱਚ ਇਹੋ ਜਿਹਾ ਟਾਈਮ ਮਿਲਿਆ ਪਿੰਡ ਦੀ ਸੇਵਾ ਕਰਨ ਵਾਸਤੇ, ਟਾਈਮ ਮਿਲ ਗਿਆ ਪਿੰਡ ਦੀ ਸੇਵਾ ਕਰੀ ਦੀ ਤਨ ਮਨੋ ਜੀ, ਇਸ ਕਰਕੇ ਲੋਕਾਂ ਦਾ ਪਿਆਰ ਵੱਧ ਹੈ। ਹਰੇਕ ਕੋਸ਼ਿਸ਼ ਕਰੀ ਦੀ ਆ ਲੋਕਾਂ ਨੂੰ, ਜਿੰਨੇ ਵੀ ਸੁਵਿਧਾ ਮਿਲਦੀ ਆ, ਜਾਂ ਕੋਵਿਡ-19 ਦਾ ਹੋਇਆ ਪਿੰਡ ਦੇ ਵਿੱਚ ਕੈਂਪ ਵੀ ਲਗਾਏ ਹੈਗੇ, 3-4 ਕੈਂਪ ਲਗਾ ਤੇ, ਚੈਕਿੰਗ ਵੀ ਕਰਾਈ ਹੈ ਪਿੰਡ ਦੇ ਵਿੱਚ ਲੋਕਾਂ ਦੀ। ਕੋਸ਼ਿਸ਼ ਕਰੀ ਦੀ ਹਰੇਕ ਬੰਦੇ ਨੂੰ ਸਹੂਲਤ ਮਿਲ ਸਕੇ ਜਿਹੜੀ ਗੌਰਮੈਂਟ ਨਹੀਂ ਆਉਂਦੀ ਹੈਗੀ। ਆਓ ਆਪਾਂ ਗੱਲਬਾਤ ਕਰਦੇ ਹਾਂ ਕੈਪਟਨ ਸਿਕੰਦਰ ਜੀ ਦੇ ਨਾਲ, ਉਹਨਾਂ ਦੇ ਪਿੰਡ ਬਰਸਾਲ ਦੇ ਵਿੱਚ ਕੋਵਿਡ-19 ਦੇ ਤਹਿਤ ਜੋ ਸਰਕਾਰ ਵੱਲੋਂ ਕੈਂਪਾਂ ਦੇ ਜ਼ਰੀਏ ਮੁਫਤ ਟੀਕਾਕਰਨ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਇੱਥੇ ਹੁਣ ਸਰਪੰਚ ਸਾਹਿਬ, ਤੁਸੀਂ ਇੱਕ ਚਾਨਣਾ ਹੋਰ ਪਾ ਦਿਓ। ਐਕਚੁਅਲੀ ਇਹ ਸਾਨੂੰ ਕਿਉਂਕਿ ਤੁਹਾਡੇ ਕੋਲ ਇੱਕ ਤਾਂ ਵਾਈਸ ਚੇਅਰਮੈਨ ਨਹੀਂ, ਦੂਸਰੀ ਤੁਹਾਡੇ ਕੋਲ ਸਰਪੰਚੀ, ਅਤੇ ਤੀਸਰੀ ਸਭ ਤੋਂ ਜ਼ਿਆਦਾ ਜਿਹੜੀ ਹੈਗੀ ਹੈ ਜਿਸ ਤੁਹਾਡੇ ਅਹੁਦੇ ਨੂੰ ਅਸੀਂ ਸਲਿਊਟ ਕਰਦੇ ਹਾਂ, ਉਹ ਹੈ ਕੈਪਟਨ ਦਾ ਅਹੁਦਾ, ਕਿਉਂਕਿ ਦੇਸ਼ ਦੀ ਸੇਵਾ ਹਰ ਸਰਪੰਚ ਦੇ ਲੇਖੇ ਵਿੱਚ ਨਹੀਂ ਆਉਂਦੀ। ਅਤੇ ਜੇਕਰ ਆਪਾਂ ਗੱਲ ਕਰੀਏ ਤੁਹਾਡੇ ਪਿੰਡ ਦੀ, ਅਤੇ ਜਿਸ ਵਕਤ ਤੁਸੀਂ ਸਰਪੰਚੀ ਦੀ ਇਲੈਕਸ਼ਨ ਲੜੀ, ਤਾਂ ਤੁਹਾਡੇ ਪਿੰਡ ਦੀਆਂ ਕੁੱਲ ਵੋਟਾਂ ਕਿੰਨੀਆਂ ਸੀ? ਕੁੱਲ ਵੋਟਾਂ ਤਾਂ 1,550 ਜੀ, ਜਿਹਦੇ ਵਿੱਚ ਪੋਲ ਹੋਈ ਸੀ 1177 ਜੀ, ਜਿਹਦੇ ਵਿੱਚ ਮੈਨੂੰ ਮਿਲੀਆਂ ਸੀਗੀਆਂ 653 ਵੋਟਾਂ ਜੀ। ਜਿਹੜਾ ਮੇਰੇ ਬਰਾਬਰ ਖੜਾ ਸੀ ਬੰਦਾ, ਉਹਨੂੰ ਮਿਲੀਆਂ ਸੀ 459 ਵੋਟਾਂ। ਅਤੇ ਬਤੌਰ ਸਰਪੰਚ, ਆਪਾਂ ਜੇਕਰ ਤੁਹਾਡੇ ਨਾਲ ਗੱਲ ਕਰਨੀ ਚਾਹੀਏ, ਬਤੌਰ ਸਰਪੰਚੀ ਤੁਹਾਡੇ ਪਿੰਡ ਨੂੰ ਕੀ ਸੇਵਾ ਰਹੀ ਹੈ, ਇਸ ਸੰਬੰਧ ਦੇ ਵਿੱਚ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਜੁਲਾਈ ਮਹੀਨੇ ਦੇ ਵਿੱਚ। ਪਰ ਅੱਜ ਜਿਹੜੀ ਆਪਾਂ ਸਿਟੀ ਲਾਈਵ ਚੈਨਲ ਦੇ ਦਰਸ਼ਕਾਂ ਦੇ ਰੂਬਰੂ ਹੋਏ ਹਾਂ, ਉਹ ਅੱਜ ਆਪਣੀ ਗੱਲਬਾਤ ਹੈਗੀ ਹੈ ਕੋਵਿਡ-19 ਦੇ ਸੰਬੰਧ ਦੇ ਵਿੱਚ। ਤੁਸੀਂ ਦੱਸਿਆ ਕਿ ਕਰੀਬ 1500 ਤੁਹਾਡੇ ਵੋਟਰ ਹੈਗੇ ਨੇ, ਅਤੇ ਹੁਣ ਜਿਹੜੇ ਸਰਕਾਰ ਵੱਲੋਂ ਕੋਵਿਡ-19 ਦੇ ਤਹਿਤ ਮੁਫਤ ਟੀਕਾਕਰਨ ਦੀ ਸੁਵਿਧਾ ਦਿੱਤੀ ਜਾ ਰਹੀ ਹੈ, ਜਿਹਦੇ ਲਈ ਕੈਂਪ ਲਗਾਏ ਜਾ ਰਹੇ ਨੇ, ਤੁਹਾਡੇ ਪਿੰਡ ਵਿੱਚ ਇਹ ਕੈਂਪ ਕਿੰਨੀ ਵਾਰੀ ਲੱਗ ਗਏ? ਦੇਖੋ ਜੀ, ਜਿਹੜੇ ਟੀਕਾਕਰਨ ਦੇ ਕੈਂਪ ਹੈਗੇ ਆ, ਘੱਟੋ ਘੱਟ ਵੀ ਸਾਡੇ ਪਿੰਡ ਚਾਰ ਵਾਰ ਆ ਗਏ ਆ ਲੋਕ ਜੀ, ਪਰ ਪਿੱਛੋਂ ਜਿਹੜੇ ਟੀਕੇ ਆ ਘੱਟ ਮਿਲਦੇ ਆ ਜੀ, ਜਿੰਨੇ ਕੁ ਮਿਲਦੇ ਹੈਗੇ ਉਨੇ ਲਾ ਕੇ ਚਲੇ ਜਾਂਦੇ ਆ, ਜਿਵੇਂ ਕਿਸੇ ਦਿਨ 50 ਲੱਗ ਗਏ, ਕਿਸੇ ਦਿਨ ਘੱਟ ਲੱਗ ਗਏ, ਕਿਸੇ ਦਿਨ ਵੱਧ ਲੱਗ ਗਏ, ਇਸ ਹਿਸਾਬ ਨਾਲ ਲਾਈ ਜਾਂਦੇ ਹੈਗੇ ਟੀਕੇ ਲਾ ਕੇ। ਸਾਡੇ ਡਿਸਪੈਂਸਰੀ ਹੈ ਬਿਰਕ ਜੀ, ਬਿਰਕ ਪਿੰਡ ਤੋਂ ਮੈਡਮ ਆਉਂਦੀ ਹੈਗੀ ਹੈ, ਨਾਲ ਸਟਾਫ ਸਾਡੇ ਪਿੰਡ ਦਾ ਹੀ ਹੁੰਦਾ, ਆਸ਼ਾ ਵਰਕਰ ਹੁੰਦੀਆਂ ਹੈਗੀਆਂ, ਬਾਕੀ ਇੱਕ ਮਨਪ੍ਰੀਤ ਹੈਗਾ ਮੁੰਡਾ, ਉਹ ਵੀ ਸਾਡੇ ਨਾਲ ਹੁੰਦਾ, ਉਹ ਵੀ ਇੱਥੇ ਆ ਕੇ ਸੇਵਾ ਕਰਕੇ ਜਾਂਦੇ ਅਤੇ ਲਾ ਕੇ ਜਾਂਦੇ ਫਰੀ ਜੀ। ਹਾਂਜੀ, ਅਤੇ ਬਾਕੀ ਮੈਂ ਜੀ ਚੈੱਕ ਕਰਾਇਆ ਉਹਨਾਂ ਨੂੰ, ਇੱਥੇ ਆਪਣਾ ਪਿੰਡ ਦੇ ਵਿੱਚ ਕੈਂਪ ਲਾਇਆ ਸੀ ਜੀ, ਉੱਥੇ ਕਰੀਬ ਕਰੀਬ 56 ਬੰਦਿਆਂ ਨੇ ਚੈੱਕ ਕੀਤਾ, ਉਹ ਤੋਂ ਬਾਅਦ ਫਿਰ ਜਿੰਨੇ ਆਪਣੇ ਨਰੇਗਾ ਦੇ ਵਿੱਚ ਕਰੀਬ ਕਰੀਬ 100 ਦੇ ਕਰੀਬ ਹੀ ਕੰਮ ਕਰਦੇ ਸੀ ਬੰਦੇ, ਉਹਨਾਂ ਸਾਰਿਆਂ ਦਾ ਚੈੱਕ ਹੋਇਆ, ਮਤਲਬ ਸਾਰੇ ਨੈਗੇਟਿਵ ਆਏ ਆ, ਕੋਈ ਉਹਦੇ ਵਿੱਚ ਪੋਜ਼ਿਟਿਵ ਨਹੀਂ ਆਇਆ। ਅਤੇ ਹੁਣ ਤੁਸੀਂ ਇੱਥੇ ਇਹ ਵੀ ਚਾਨਣਾ ਪਾ ਦਿਓ ਕਿ ਇਸ ਕੈਂਪ ਜਿਹੜੇ ਹੁਣ ਕੋਵਿਡ-19 ਦੇ ਤਹਿਤ ਮੁਫਤ ਦਾ ਟੀਕਾਕਰਨ ਹੋ ਰਿਹਾ, ਅਤੇ ਕੈਂਪ ਦੇ ਵਿੱਚ ਤੁਹਾਡੇ ਪਿੰਡ ਦੇ ਕਿੰਨੇ ਲੋਕਾਂ ਦੇ ਟੀਕੇ ਲੱਗ ਗਏ ਨੇ? ਕਰੀਬ ਕਰੀਬ ਜੀ ਸਾਡੇ ਪਿੰਡ ਦੇ ਟੀਕਾਕਰਨ ਹੋ ਗਿਆ 350 ਹੋ ਗਿਆ ਕਰੀਬ, ਮੈਂ ਟੋਟਲ ਮੈਂ ਤਾਂ ਨਹੀਂ, ਮੈਂ 350 ਕਰੀਬ ਹੋ ਗਿਆ ਟੋਟਲ।
ਤੇ ਜਦੋਂ ਸ਼ੁਰੂ ਦੇ ਵਿੱਚ ਇਹ ਮੁਫਤ ਟੀਕਾਕਰਨ ਦੀ ਸੁਵਿਧਾ ਦੇਣ ਲੱਗੇ ਤਾਂ ਕੀ ਤੁਹਾਨੂੰ ਪਿੰਡ ਦੇ ਵਿੱਚ ਕੋਈ ਸਮੱਸਿਆ ਆਈ? ਕਿਉਂਕਿ ਕਈ ਪਿੰਡਾਂ ਵਿੱਚ ਸਾਨੂੰ ਸੁਣਨ ਨੂੰ ਮਿਲਿਆ ਕਿ ਲੋਕ ਡਰਦੇ ਸੀ ਇਸ ਟੀਕਾਕਰਨ ਤੋਂ। ਨਹੀਂ ਜੀ, ਬਿਲਕੁਲ ਨਹੀਂ ਆਈ। ਸਭ ਤੋਂ ਪਹਿਲਾਂ ਤਾਂ ਮੈਂ ਹੀ ਲਗਵਾਇਆ ਟੀਕਾ ਜੀ, ਖੁਦ ਮੈਂ ਲਗਵਾਇਆ। ਉਸ ਤੋਂ ਬਾਅਦ ਬਾਕੀ ਲੋਕਾਂ ਨੇ ਵੀ ਲਗਾਇਆ। ਇਸ ਪਿੰਡ ਦੇ ਵਿੱਚ ਕੋਈ ਮੁਸੀਬਤ ਨਹੀਂ ਆਈ ਇਹੋ ਜਿਹੀ ਵੀ ਜਿਹੜੇ ਕਹਿੰਦੇ ਵੀ ਅਸੀਂ ਟੀਕਾ ਨਹੀਂ ਲਗਾਉਣਾ, ਆਪ ਆ ਕੇ ਲੋਕ ਲਗਾਉਂਦੇ ਟੀਕਾ। ਔਰ ਤੁਹਾਡੀ ਪੰਚਾਇਤ ਦੇ ਮੈਂਬਰ ਪੰਚਾਇਤ ਕਿੰਨੇ ਆ? ਟੋਟਲ 7 ਮੈਂਬਰ ਆ ਜੀ ਮੇਰੇ ਨਾਲ, ਮੈਂ ਸਰਪੰਚ, 7 ਮੈਂਬਰ ਪੰਚਾਇਤ ਆ ਜੀ। ਅਤੇ ਤੁਹਾਡੇ ਜਿਹੜੇ ਮੈਂਬਰ ਪੰਚਾਇਤ ਹੈ, ਕੀ ਉਹਨਾਂ ਸਾਰਿਆਂ ਨੇ ਇਹ ਟੀਕਾ ਲਗਵਾ ਲਿਆ? ਹਾਂਜੀ, ਉਹਨਾਂ ਸਾਰਿਆਂ ਦਾ ਲੱਗਿਆ ਹੋਇਆ। ਅਤੇ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਹਲੇ ਕੁਝ ਵਸਨੀਕ ਰਹਿ ਗਏ ਨੇ ਜਿਨ੍ਹਾਂ ਨੂੰ ਹਲੇ ਇਹ ਮੁਫਤ ਟੀਕਾਕਰਨ ਦੀ ਸੁਵਿਧਾ ਉਹਨਾਂ ਨੇ ਨਹੀਂ ਲਈ, ਉਹਨਾਂ ਦੇ ਕਦੋਂ ਤੱਕ ਟੀਕਾਕਰਨ ਹੋ ਜਾਏਗਾ? ਇਹ ਤਾਂ ਜਿੱਥੋਂ ਗੌਰਮੈਂਟ ਪਿੱਛੋਂ ਦੇਊਗੀ ਟੀਕੇ, ਉਸੇ ਹਿਸਾਬ ਨਾਲ ਇੱਥੇ ਲਿਆ ਕੇ ਲਾਉਂਦੇ ਹੈਗੇ। ਕਦੇ 50 ਬੰਦਿਆਂ ਦੇ ਆਉਂਦੇ ਆ, ਕਿਤੇ ਘੱਟ ਵੀ ਆ ਜਾਂਦੇ ਹੈਗੇ ਆ। ਉਹ ਅਸੀਂ ਜਾ ਕੇ ਸਬੱਧੀ ਕਲਾਂ ਤੋਂ ਲਿਆਉਂਦੇ ਹਾਂ ਟੀਕੇ। ਬਿਰਕਾ ਡਿਸਪੈਂਸਰੀ ਜਾਂਦੇ ਆ, ਉੱਥੋਂ ਸਟਾਫ ਆ ਕੇ ਸਾਡੇ ਲਾ ਕੇ ਜਾਂਦਾ ਹੈਗਾ। ਜਿੰਨੇ ਟੀਕੇ ਆਉਂਦੇ ਆ ਸਾਰੇ ਲੱਗ ਜਾਂਦੇ ਹੈਗੇ। ਜਾਂ ਇੱਕ ਸ਼ੀਸ਼ੀ ਆ ਗਈ, ਇੱਕ ਸ਼ੀਸ਼ੀ ਦੇ ਵਿੱਚ 10 ਬੰਦਿਆਂ ਦਾ ਹੁੰਦਾ ਹੈਗਾ, ਕਦੇ 2 ਸ਼ੀਸ਼ੀਆਂ ਇੱਦਾਂ ਹੁੰਦੇ ਹੈਗੇ। ਅਤੇ ਉਹ ਸਾਰੇ ਬੰਦੇ ਸਾਰੇ ਲਗਾ ਕੇ ਜਾਂਦੇ ਇੱਥੇ। ਤੁਸੀਂ ਬਤੌਰ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਜਗਰਾਓਂ ਦਾ ਵੀ ਅਹੁਦਾ ਲਿਆ ਹੋਇਆ, ਅਤੇ ਜੇਕਰ ਆਪਾਂ ਗੱਲ ਕਰੀਏ ਤੁਹਾਡੀ ਮਾਰਕੀਟ ਕਮੇਟੀ ਜਗਰਾਓਂ ਦੀ, ਅਤੇ ਉੱਥੇ ਮੁਫਤ ਟੀਕਾਕਰਨ ਦੀ ਸੁਵਿਧਾ ਜਿਹੜੀ ਹੈ, ਲੋਕਾਂ ਨੇ ਇਹਦਾ ਲਾਹਾ ਲੈ ਲਿਆ? ਕਰੀਬ ਉੱਥੇ ਵੀ ਕੈਂਪ, ਮਾਰਕੀਟ ਕਮੇਟੀ ਦੇ ਵਿੱਚ ਤਾਂ 1-2 ਕੈਂਪ ਲੱਗੇ ਸੀ। ਜਿਹੜੀ ਉੱਥੇ ਲੇਬਰ ਹੈਗੀ ਜਾਂ ਬਾਕੀ ਲੋਕ ਹੈਗੇ ਆ, ਆੜ੍ਹਤੀ ਹੈਗੇ, ਉਹਨਾਂ ਸਾਰਿਆਂ ਨੇ ਤਕਰੀਬਨ ਲੱਗ ਗਿਆ ਟੀਕਾ ਜੀ। ਇੱਕ ਟੀਕਾ ਲੱਗਿਆ ਹੋਇਆ ਜਿਹੜਾ ਹੈਗਾ, ਦੁਬਾਰਾ ਲਾਉਣਾ ਸੀਗਾ, ਉਹ ਲਾਇਆ ਨਹੀਂ ਹੈਗਾ। ਉਹ 18 ਸਾਲ ਤੋਂ 45 ਸਾਲ ਦੀ ਉਮਰ ਤੱਕ ਦੇ ਲਾਉਣ ਲੱਗ ਗਏ ਹੁਣ। ਡਬਲ ਟੀਕੇ ਦਾ ਉਹਨਾਂ ਨੇ ਟਾਈਮ ਪਾ ਤਾ ਵੀ 3 ਮਹੀਨੇ ਬਾਅਦ ਤੁਸੀਂ ਲਵਾਓਗੇ, ਉਹ ਅਜੇ ਲੱਗਣਾ ਹੈਗਾ ਜੀ। ਅਤੇ ਹੁਣ ਸਰਪੰਚ ਸਾਹਿਬ ਇੱਕ ਚਾਨਣਾ ਹੋਰ ਪਾ ਦਿਓ ਸਾਡੇ ਦਰਸ਼ਕਾਂ ਨੂੰ ਸਿਟੀ ਲਾਈਵ ਚੈਨਲ ਦੇ ਜ਼ਰੀਏ, ਜਿਹੜੇ ਹਲੇ ਲੋਕਾਂ ਨੇ ਇੱਕ ਡਰ ਵਹਿਮ ਉਹਨਾਂ ਦੇ ਦਿਲ ਦੇ ਵਿੱਚ ਬੈਠਿਆ ਹੋਇਆ ਕਿ ਇਹ ਇੰਜੈਕਸ਼ਨ ਜਿਹੜਾ ਇਹ ਖਰਾਬ ਕਰੇਗਾ, ਔਰ ਉਹ ਲੋਕ ਡਰਦੇ ਮਾਰੇ ਹਲੇ ਵੀ ਇੰਜੈਕਸ਼ਨ ਨਹੀਂ ਲਗਵਾ ਰਹੇ, ਤਾਂ ਤੁਸੀਂ ਸਿਟੀ ਲਾਈਵ ਚੈਨਲ ਦੇ ਜ਼ਰੀਏ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਇਹ ਦੇਖੋ ਜੀ, ਟੀਕਾ ਤਾਂ ਬਹੁਤ ਚੰਗੀ ਚੀਜ਼ ਆ, ਗੌਰਮੈਂਟ ਨੇ ਜਿਹੜਾ ਕੱਢਿਆ ਟੀਕਾ, ਇਹ ਬਹੁਤ ਚੰਗੀ ਚੀਜ਼ ਆ। ਮੈਂ ਤਾਂ ਖੁਦ ਲਗਵਾਇਆ, ਮੈਂ ਦੁਬਾਰਾ ਵੀ ਲਗਾਉਣ ਨੂੰ ਹੁਣ ਉਹਨੇ ਟਾਈਮ ਪਾਦਾ ਕਰਕੇ, ਨਹੀਂ ਤਾਂ ਮੈਂ ਹੁਣ ਲਗਾ ਲੈਣਾ ਸੀ। ਇਸ ਕਰਕੇ ਟੀਕੇ ਦਾ ਕੋਈ ਇਫੈਕਟ ਨਹੀਂ ਹੁੰਦਾ ਹੈਗਾ, ਕੋਈ ਗਲਤ ਇਫੈਕਟ ਨਹੀਂ ਹੁੰਦਾ। ਇਹ ਬਿਲਕੁਲ ਹਰੇਕ ਬੰਦੇ ਨੇ ਲਾਉਣਾ ਚਾਹੀਦਾ, ਆਪਣੀ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ। ਸਰਪੰਚ ਸਾਹਿਬ ਇੱਕ ਚਾਨਣਾ ਹੋਰ ਪਾ ਦਿਓ, ਜਿਹੜੇ ਹਲੇ ਪਿੰਡ ਦੇ ਵਿੱਚ ਕੁਝ ਲੋਕ ਰਹਿੰਦੇ ਨੇ ਜਿਨ੍ਹਾਂ ਨੂੰ ਹਲੇ ਜਿਨ੍ਹਾਂ ਨੇ ਟੀਕੇ ਨਹੀਂ ਲਗਵਾਇਆ, ਅਤੇ ਤੁਹਾਡੇ ਪਿੰਡ ਦੀ ਪੰਚਾਇਤ ਉਹਨਾਂ ਨੂੰ ਕਿਸ ਤਰ੍ਹਾਂ ਜਾਗਰੂਕ ਕਰਵਾ ਰਹੀ ਹੈ? ਇਹ ਤਾਂ ਜੀ, ਜਿਸ ਦਿਨ ਲੱਗਣਾ ਹੁੰਦਾ ਕੈਂਪ ਲਗਾਉਂਦੇ ਹਾਂ, ਉਸ ਦਿਨ ਅਸੀਂ ਅਨਾਊਂਸਮੈਂਟ ਕਰ ਦਿੰਦੇ ਹਾਂ, ਨਾਲ ਇਹ ਵੀ ਦੱਸਦੇ ਹਾਂ ਵੀ ਇਹ ਟੀਕਾ ਬਹੁਤ ਵਧੀਆ ਚੀਜ਼ ਆ ਟੀਕਾ ਲਗਾਉਣਾ, ਮਤਲਬ ਇਹਦੇ ਨਾਲ ਕੋਈ ਇਫੈਕਟ ਨਹੀਂ ਪੈਂਦਾ। ਜੇ ਕਿਸੇ ਦੇ ਦਿਲ 'ਚ ਹੈਗਾ ਵੀ ਆ ਸਾਡੇ ਕੋਲ ਆਓ, ਅਸੀਂ ਤੁਹਾਨੂੰ ਸਮਝਾਉਂਦੇ ਹੈਗੇ ਹਾਂ ਵੀ ਟੀਕਾ ਲਗਵਾਓ ਜ਼ਰੂਰ ਜੀ। ਅਤੇ ਸਰਪੰਚ ਸਾਹਿਬ ਇੱਕ ਚਾਨਣਾ ਹੋਰ ਪਾ ਦਿਓ ਕਿ ਜਿਹੜੇ ਤੁਸੀਂ ਦੱਸਿਆ ਵੀ ਤੁਹਾਡੇ ਪਿੰਡ ਦੇ ਵਿੱਚ ਲੋਕਾਂ ਨੇ ਇਸ ਸੁਵਿਧਾ ਦਾ ਫਾਇਦਾ ਲਿਆ, ਇਹ ਟੀਕਾ ਸਿਰਫ ਮਰਦਾਂ ਨੇ ਹੀ ਲਵਾਇਆ ਜਾਂ ਔਰਤਾਂ ਨੇ ਵੀ? ਨਹੀਂ ਨਹੀਂ, ਮੈਂ ਖੁਦ ਜਿੱਥੇ ਕੈਂਪ ਲੱਗਦਾ ਮੈਂ ਖੁਦ ਬਹਿਣਾ ਜਾ ਕੇ ਉੱਥੇ, ਉਹਦੇ ਵਿੱਚ ਜ਼ਰੂਰੀ ਨਹੀਂ ਵੀ ਮਰਦੀਆਂ, ਲੇਡੀਜ਼ ਵੀ ਬਹੁਤ ਆਉਂਦੀ ਹੈਗੀ ਆ, ਜੈਂਟਸ ਵੀ ਆਉਂਦੇ ਆ, ਲੇਡੀਜ਼ ਵੀ ਆਉਂਦੇ ਹੈਗੇ ਆ, ਸਾਰੇ ਲਗਾਉਂਦੇ ਆ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਉਹ ਆਪਣੀ ਏਜ ਨਹੀਂ ਦੇਖਦੇ, ਕੁਛ ਨਹੀਂ ਦੇਖਦੇ ਕਿ ਸਾਰੇ ਲਗਾਉਂਦੇ ਆ, 80 ਸਾਲ ਤੋਂ ਲੈ ਕੇ ਜਾਂ ਉੱਪਰ ਵਾਲੀ ਵੀ ਲਗਾ ਲੈਂਦੇ ਆ, ਥੱਲੇ ਵਾਲੀ ਵੀ ਲਗਾ ਲੈਂਦੇ ਆ। ਜਿਵੇਂ ਪਹਿਲਾਂ ਉਹਨਾਂ ਕਿਹਾ ਵੀ 45 ਸਾਲ ਤੋਂ ਉੱਪਰ, ਕਰੀਬ ਕਰੀਬ ਬਹੁਤ ਬੰਦਿਆਂ ਨੇ ਲਗਾਏ ਆ, ਹੁਣ ਜਿਹੜੇ 18 ਸਾਲ ਤੋਂ ਉੱਪਰ ਵਾਲੇ ਉਹ ਵੀ ਮੁੰਡੇ ਲਗਾ ਲਏ। ਸਰਪੰਚ ਸਾਹਿਬ ਕਈ ਪਿੰਡਾਂ ਦੇ ਵਿੱਚ ਦੇਖਣ ਨੂੰ ਆਇਆ ਕਿ ਜਿਹੜੇ ਵੈਲ ਸੈਟਲ ਪਰਿਵਾਰ ਨੇ ਉਹ ਇਸ ਟੀਕੇ ਦੀ ਜਿਹੜੀ ਸੁਵਿਧਾ ਆ, ਇੰਜੈਕਸ਼ਨ ਵੈਕਸੀਨ ਜਿਹੜੀ ਕੋਵਿਡ-19 ਦੀ ਲਗਵਾ ਰਹੇ ਨੇ, ਉਹ ਸਰਕਾਰੀ ਕੈਂਪਾਂ ਵਿੱਚੋਂ ਲਗਵਾਉਣ ਨਾਲੋਂ ਬਿਹਤਰ ਪ੍ਰਾਈਵੇਟ ਹੋਸਪਿਟਲ ਵਿੱਚ ਜਾ ਕੇ ਲਗਵਾਉਣਾ ਬਿਹਤਰ ਸਮਝਦੇ ਨੇ। ਕੀ ਤੁਹਾਡੇ ਪਿੰਡ ਵਿੱਚ ਵੀ ਇਸ ਤਰ੍ਹਾਂ ਦੇ ਘਰ ਹੈ? ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਪਿੰਡ ਦੇ ਵਿੱਚ। ਪਿੰਡ ਵਿੱਚ ਤਾਂ ਜਿੰਨੇ ਕੈਂਪ ਲੱਗਦੇ ਆ ਸਾਰੇ ਲੋਕ ਆਉਂਦੇ ਆ, ਚਾਹੇ ਬਿਲ ਸੈਟਡ ਹੈ ਚਾਹੇ ਕੋਈ ਵੀ ਹੈਗਾ, ਹਰੇਕ ਬੰਦਾ ਕੈਂਪ ਜਾ ਕੇ ਲਗਵਾਉਂਦਾ ਹੈ, ਬਾਹਰ ਜਾ ਕੇ ਪ੍ਰਾਈਵੇਟ ਨਹੀਂ ਕੋਈ ਲਗਵਾਉਂਦਾ। ਔਰ ਜਿਹੜੇ ਲੋਕ ਬਾਹਰ ਪ੍ਰਾਈਵੇਟ ਇਹ ਵੈਕਸੀਨ ਲਗਵਾ ਰਹੇ ਨੇ, ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਕਿਉਂਕਿ ਜਿਹੜੇ ਗਰੀਬ ਪਰਿਵਾਰ ਦੇ ਨੇ ਨਾ, ਉਹ ਫਿਰ ਡਰ ਜਾਂਦੇ ਨੇ। ਮੈਂ ਤਾਂ ਸਭ ਨੂੰ ਅਪੀਲ ਕਰੂੰਗਾ, ਚਾਹੇ ਬਿਲ ਸੈਟਡ ਹੈ ਲੋਕ ਹੈ, ਉਹਨਾਂ ਨੂੰ ਅਪੀਲ ਕਰੂੰਗਾ ਵੀ ਸਾਰੇ ਜਦੋਂ ਕੈਂਪ ਆਉਂਦਾ ਹੈਗਾ ਸਾਰੇ ਲੋਕ ਇੱਥੇ ਲਗਾਓ, ਫ੍ਰੀ ਗੌਰਮੈਂਟ ਲਗਾਉਂਦੀ ਹੈਗੀ ਆ। ਬਾਹਰ ਤਾਂ ਕੀਮਤ ਪਤਾ ਨਹੀਂ ਕਿੰਨੀ ਹੈਗੀ, ਮੈਨੂੰ ਤਾਂ ਇਹਦੇ ਬਾਰੇ ਪਤਾ ਨਹੀਂ ਹੈਗਾ, ਆਪਦਾ ਫ੍ਰੀ ਲੱਗਦਾ ਹੈਗਾ, ਹਰੇਕ ਸੁਵਿਧਾ ਹੈਗੀ ਆ ਉਹਨਾਂ ਕੋਲ, ਕੋਈ ਅਲੱਗ ਬਾਤ ਹੋਵੇ ਤਾਂ ਆਪਣੇ ਆਪ ਉਹਨੂੰ ਸੰਭਾਲਣਗੇ। ਪਹਿਲੀ ਗੱਲ ਤਾਂ ਟੀਕਾ ਲਾਉਣ ਤੋਂ ਬਾਅਦ ਕੋਈ ਗੱਲ ਹੁੰਦੀ ਹੋਈ ਨਹੀਂ ਹੈਗੀ, ਸਾਰਾ ਵਧੀਆ। ਮੈਂ ਆਪ ਦੱਸਾਂ, ਮੈਨੂੰ ਬੁਖਾਰ ਵੀ ਨਹੀਂ ਹੋਇਆ,
ਟੀਕਾ ਲਗਾ ਕੇ ਆਇਆ। ਲੋਕ ਕਹਿੰਦੇ ਬੁਖਾਰ ਹੋਇਆ, ਮੈਨੂੰ ਪਤਾ ਹੀ ਨਹੀਂ ਲੱਗਿਆ ਬੁਖਾਰ ਹੈ ਕਿ ਨਹੀਂ ਹੈ। ਕਿਸੇ ਨੇ ਮੇਰੇ ਮਿਸਰੀ ਨੂੰ ਵੀ ਲਗਾਇਆ ਹੋਇਆ ਟੀਕਾ, ਕਿਸੇ ਨੂੰ ਸਾਨੂੰ ਬੁਖਾਰ ਨਹੀਂ ਹੋਇਆ ਕੁਝ। ਬਿਲਕੁਲ ਹਾਂ, ਲੋਕਾਂ ਦੇ ਵਿੱਚ ਇਹੀ ਡਰ ਹੈ ਕਿ ਬੁਖਾਰ ਹੋ ਜਾਂਦਾ, ਇੱਥੋਂ ਤੱਕ ਵੀ ਅਫਵਾਹਾਂ ਨੇ ਕੀ ਕਹਿ ਦਿੰਦੇ ਨੇ ਕਿ ਇਸ ਇੰਜੈਕਸ਼ਨ ਤੋਂ ਬਾਅਦ ਮੌਤ ਵੀ ਹੋ ਜਾਂਦੀ ਹੈ। ਲੋਕਾਂ ਦੇ ਵਿੱਚ ਵਹਿਮ ਹੀ ਬਹੁਤ ਜ਼ਿਆਦਾ ਆ ਗਿਆ। ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਅਗਰ ਟੀਕਾ ਲੱਗਣ ਦੇ ਵਿੱਚ ਕੋਈ ਉਹਨੂੰ ਕਿਸੇ ਨੂੰ ਬਿਮਾਰੀ ਹੈਗੀ ਹੈ ਕਿਸੇ ਕਿਸਮ ਦੀ, ਉਹਨੂੰ ਤਾਂ ਹੋ ਸਕਦਾ ਹੈਗਾ, ਲੇਕਿਨ ਜਿਹੜਾ ਬੰਦਾ ਤੰਦਰੁਸਤ ਆ ਟੀਕਾ ਲਗਾਉਂਦਾ ਉਹਨੂੰ ਕੋਈ ਉਹ ਨਹੀਂ ਹੈ। ਕਿਸੇ ਨੂੰ ਸ਼ੂਗਰ ਸ਼ਾਗਰ ਹੈ ਜਾਂ ਕੁਛ ਹੈ, ਉਹਨੂੰ ਹੋ ਸਕਦਾ ਕਿਸੇ ਨੂੰ ਹੋ ਗਿਆ ਹੋਵੇ, ਪਰ ਇਹੋ ਜਿਹੀ ਕੋਈ ਚੀਜ਼ ਨਹੀਂ ਹੈਗੀ ਵੀ ਟੀਕਾ ਲੱਗਣ ਤੋਂ ਬਾਅਦ ਉਹਨੂੰ ਕੋਈ ਅਫੈਕਟਡ ਹੋ ਜਾਵੇ ਜਾਂ ਕੋਈ ਬਿਮਾਰ ਹੋ ਜਾਵੇ ਜਾਂ ਕੋਈ ਜ਼ਿਆਦਾ ਹੋ ਜਾਵੇ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਆਉਣ ਵਾਲੇ ਸਮੇਂ ਦੇ ਵਿੱਚ ਸਿਟੀ ਲਾਈਵ ਚੈਨਲ ਦੇ ਜ਼ਰੀਏ ਹਲਕਾ ਜਗਰਾਉਂ ਦੇ ਪਿੰਡ ਬਰਸਾਲ ਦੇ ਬਤੌਰ ਸਰਪੰਚ ਆਪਣੀ ਸੇਵਾ ਨਿਭਾ ਰਹੇ ਕੈਪਟਨ ਸਿਕੰਦਰ ਸਿੰਘ ਜੀ ਦੇ ਅੱਗੇ ਦੇ ਵਿਕਾਸ ਕੰਮਾਂ ਦਾ ਵੇਰਵਾ ਜਾਣਨ ਦੇ ਲਈ ਸਾਡੇ ਸਿਟੀ ਲਾਈਵ ਚੈਨਲ ਦੇ ਨਾਲ ਜੁੜੇ ਰਹੋ।